ਫਾਜ਼ਿਲਕਾ 'ਚ ਭਾਰਤ ਪਾਕਿਸਤਾਨ ਦੇ ਕੌਮਾਂਤਰੀ ਸਰਹੱਦ ਸੈਕਟਰ ਤੈਨਾਤ 181 ਬਟਾਲੀਅਨ ਦੇ ਜਵਾਨਾਂ ਨੂੰ ਕਰੰਟ ਲੱਗਣ ਦੀ ਸੂਚਨਾ ਹੈ। ਅਚਾਨਕ ਪਏ ਇਸ ਕਰੰਟ ਕਰਕੇ ਇੱਕ ਜਵਾਨ ਦੀ ਮੌਕੇ 'ਤੇ ਹੀ ਮੌਤ ਹੋਈ ਹੈ, ਜਦਕਿ 3 ਹੋਰ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਇਹਨਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਰੇ ਜਵਾਨ ਸਰਹੱਦ ਦੇ ਨੇੜੇ ਲੱਗੀ ਕੰਡਿਆਲੀ ਤਾਰ ਦੇ ਕੋਲੋਂ ਫਲੱਡ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਹੀ ਖੇਤ 'ਚ ਜਾਂਦੀ ਬਿਜਲੀ ਦੀ ਇੱਕ ਤਾਰ ਤੋਂ ਉਹਨਾਂ ਨੂੰ ਕਰੰਟ ਪੈ ਗਿਆ। ਘਟਨਾ ਦਾ ਪਤਾ ਲੱਗਣ 'ਤੇ ਜਵਾਨਾਂ ਨੂੰ ਫਾਜ਼ਿਲਕਾ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਇੱਕ ਜਵਾਨ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਸਰ, ਕਿਆ ਨਾਮ ਆਪਣਾ? ਹਮਾਰਾ ਨਾਮ ਸੁਭਾਸ਼ ਰਾਏ। ਸਰ, ਕੌਨ ਸੀ ਬਟਾਲੀਅਨ ਆਪਕੀ? 181। ਸਰ, ਕਿਆ ਹੁਆ ਥਾ? ਹਮ ਸੀੜੀ ਮੇਂ ਕਾਮ ਕਰ ਰਹਾ ਥਾ, ਉਹ ਸੀੜੀ ਨੀਚੇ ਲਾਨੇ ਤੇ ਸੇ ਵਹਾਂ ਟੱਚ ਹੋ ਗਿਆ ਪੋਲ ਕੇ ਸਾਥ, ਤੋ ਫਿਰ ਹਮਾਰੇ ਪੋਲ ਮੇਂ ਕਰੰਟ ਹੋਗਾ। ਹਾਂ, ਪੋਲ ਮੇਂ ਕਰੰਟ ਥਾ, ਬਿਜਲੀ ਲੱਗ ਗਈ ਹਮਾਰੇ ਕੋ। ਕਿਤਨੇ ਆਦਮੀ ਕਰੰਟ ਲਗਾ? 4 ਆਦਮੀ ਥਾ। ਕੁਝ ਮੇਂ ਸੇਫ ਨਹੀਂ ਹੋਈ ਕੁਝ? ਪਤਾ ਨਹੀਂ ਚਲਾ, ਉਸਕੇ ਬਾਅਦ ਲਾਈਟ ਲੱਗਣੇ ਕੇ ਬਾਅਦ ਹਮਾਰੇ ਕੋ ਪਤਾ ਨਹੀਂ ਚਲਾ, ਹਮ ਤੋ ਮਤਲਬ ਕੈਸੇ ਵੀ ਹੋ ਗਿਆ ਥਾ। ਠੀਕ। ਕਿਆ ਨਾਮ ਆਪਕਾ? ਮੇਰਾ ਨਾਮ ਸਤਪਾਲ ਸਿੰਘ। ਸਰ, ਕੌਨ ਸੇ ਬਟਾਲੀਅਨ ਸੇ ਹੋ? 81। ਸਰ, ਕਿਆ ਘਟਨਾ ਹੋਈ ਅੱਜ? ਜੀ ਸਰ, ਹਮ ਪੋਲੋਂ ਦੀ ਸਫਾਈ ਕਰ ਰਹੇ ਸੀ, BFL ਦੀ, ਔਰ ਉਸਕੀ ਜੋ ਆਪਣਾ ਸਫਾਈ ਕਰਕੇ ਸੀੜੀ ਕੋ ਡਾਊਨ ਕਰਕੇ ਲੈ ਕੇ ਜਾ ਰਹੇ। ਠੀਕ। ਲੈਣ ਲੱਗੇ ਸੀੜੀ, ਉਹ ਡਾਊਨ ਮੇਂ ਜਾਣੇ ਕੇ ਬਾਅਦ ਉਹ ਮਤਲਬ ਟੱਚ ਹੋ ਗਈ, ਔਰ ਉਸੇ ਬਸ ਲਾਈਨ ਕੋ ਟੱਚ ਹੋ ਗਈ। ਕਿਤਨੇ ਆਦਮੀ ਕਰੰਟ ਲੱਗਾ ਕਿਸ ਕੋ? 4 ਆਦਮੀ। ਤੋ ਉਸਮੇਂ ਕੋਈ ਮਿਸਹੈਪਨ ਹੋਈ? ਕੋਈ ਪਤਾ ਨਹੀਂ ਸਰ, ਇਸੀ ਬਾਰੇ ਵਿੱਚ। ਪਰਮਾਨੰਦ ਜੀ, ਕਿਹੜੇ ਪਿੰਡ ਆਪਣਾ? ਫਾਜ਼ਿਲਕਾ ਜੀ। ਕੀ ਮਾਮਲਾ ਸਰ? ਇਹ ਜੀ, ਮੇਰੀ ਜ਼ਮੀਨ ਹੈ ਜੀ, ਤਰਾਂ ਤੋਂ ਪਾਰ ਠੇਕੇ 'ਤੇ ਲਈ ਹੋਈ ਮੈਂ। ਠੀਕ ਹੈ ਜੀ। ਇਹ ਆਪਣੇ ਗਏ ਨੇ ਲਾਈਟਾਂ ਠੀਕ ਕਰਨ, ਜਿਹੜੀਆਂ ਮੇਨ ਵੱਡੀਆਂ ਲਾਈਟਾਂ ਨੇ, ਉਹ ਕੋਈ ਖਰਾਬੀ ਹੋਣੀ ਅਤੇ ਲਾਈਟਾਂ ਠੀਕ ਕਰਨ ਗਏ ਨੇ। ਤਾਰ ਲੰਘਦੀ ਹੈ ਜੀ, ਜਿਹੜੀ ਆਪਣੀ ਤਾਰ ਲੰਘ ਗਈ, ਪਾਰ ਟਰਾਂਸਫਾਰਮਰ ਲੱਗੇ ਹੋਏ ਨੇ। ਠੀਕ। ਉਹਨਾਂ ਤਾਰਾਂ ਨਾਲ ਇਸ ਕਰੰਟ ਲੱਗਿਆ ਇਹਨਾਂ ਨੂੰ। ਠੀਕ। ਉਹ ਜਿਹੜੀ ਪੌੜੀ ਜੀ ਹੁੰਦੀ ਸੀੜੀ, ਉਹ ਉੱਚੀ ਸੀਗੀ ਕਾਫੀ, ਉਹ ਤਾਰਾਂ ਨਾਲ ਟੱਚ ਹੋ ਕੇ ਕਰੰਟ ਲੱਗਿਆ ਜੀ। ਕਿੰਨੇ ਬੰਦੇ ਸੀ? 4 ਬੰਦੇ ਜੀ। ਅਤੇ ਕਰੰਟ ਕਿਹਨੂੰ ਲੱਗਿਆ? 4 ਨੂੰ ਲੱਗਿਆ ਜੀ। ਅਤੇ ਕੋਈ ਨੁਕਸਾਨ ਹੋਇਆ? ਕੋਈ ਨੁਕਸਾਨ? ਇੱਕ ਬੰਦਾ ਦੱਸਦੇ ਜੀ, ਇੱਥੇ ਪਤਾ ਲੱਗਿਆ ਆ ਕੇ। ਠੀਕ ਹੈ। ਉਹ ਗੁਜ਼ਰਿਆ, ਬਾਕੀ 3 ਬੰਦੇ ਸਿਵਲ ਹਸਪਤਾਲ ਦਾਖਲੇ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।